ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਗਤਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦਾ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਇਆ ਵਾਂ ਅੱਜ ਦੀ ਗੱਲ ਤੇ ਅੱਜ ਦੀ ਗੱਲ ਦੇ ਨਾਲ ਮੈਂ ਬੜੀ ਵੱਡੀ ਗੱਲ ਕਰਨ ਲੱਗਾ ਵਾਂ। ਉਹਵੇ ਅਫਸੋਸ 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 ਤੇ ਅਫਸੋਸ ਇਸ ਗੱਲ ਦਾ ਕਰਨ ਲੱਗਾ ਵਾਂ ਕਿ ਪਾਸਟਰ ਵਿੱਕੀ ਜੇਲ੍ਹ ਭੇਜ ਦਿੱਤੇ ਗਏ ਨੇ। ਮੈਂ ਅੱਜ ਇਸ ਗੱਲ ਨੂੰ ਇਸੋ ਬਿਆਨ ਕਰਨ ਲੱਗਾ ਕਿ ਪਾਸੇ ਵਿੱਕੀ ਜੇਲ੍ਹ ਦੇ ਭੇਜ ਦਿੱਤਾ ਤੇ ਹੈਰਾਨਗੀ ਇਸ ਗੱਲ ਦੀ ਕਿ ਪਾਸੇ ਵਿੱਕੀ ਜਦੋਂ ਕਿ ਉਹਨਾਂ ਨੂੰ ਅਦਾਲਤ ਚ ਪੇਸ਼ ਕੀਤਾ ਜਾਣਾ ਸੀ, ਅਦਾਲਤ ਚ ਇਸ ਤੋਂ ਪੇਸ਼ ਕੀਤਾ ਜਾਣਾ ਸੀ ਤਾਂ ਕਿ ਅਦਲੀਆ ਆਪਣਾ ਫੈਸਲਾ ਸੁਣਾਏ। ਲੇਕਿਨ ਹੈਰਾਨ ਕੁਨ ਤੇ ਅਫਸੋਸ ਦੀ ਇਹ ਗੱਲ ਏ, ਇਸ ਤੋਂ ਪਹਿਲਾਂ ਕਿ ਪਾਦਰੀ ਵਿੱਕੀ ਸਾਹਿਬ ਮਸੀਹੀ ਸੂਰਮਾ ਜਿਨ੍ਹਾਂ ਨੇ ਬਾਵਜੂਦ ਕਿ ਉਹਨਾਂ ਨੇ ਆਪਣੀ ਗ੍ਰਿਫਤਾਰੀ ਦੇ ਦੌਰਾਨ ਪੁਲਿਸ ਦੀ ਮੌਜੂਦਗੀ ਮਸੀਹੀ ਕਲੀਸਿਆ ਦੇ ਸਾਹਮਣੇ ਬਾਵਜੂਦ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹ ਆਪਣੀ ਉਸ ਕੁਰਬਾਨੀ ਦਾ ਵੀ ਜ਼ਿਕਰ ਗੀਤ ਦੇ ਜ਼ਰੀਏ ਕਰਦੇ ਪਏ ਨੇ ਤੇ ਕੀ ਗਾਉਂਦੇ ਪਏ ਨੇ, ਅੰਜੀਲ ਕੋ ਫੈਲਾਨਾ ਯੇ ਕਾਮ ਹਮਾਰਾ ਹੈ, ਮੁਨਜੀ ਕਾ ਜ਼ਮਾਨੇ ਮੇ ਯਹੀ ਨਾਮ ਪਿਆਰਾ ਹੈ। ਉਹ ਕਿੰਨੇ ਖੂਬਸੂਰਤ ਅੰਦਾਜ਼ ਦੇ ਵਿੱਚ ਬਿਮਾਰੀ ਵੀ ਅੱਜ ਨਹੀਂ ਸੀ ਗਾਇਆ ਜਾ ਰਿਹਾ, ਤਦ ਵੀ ਉਹ ਆਪਣੀ ਆਵਾਜ਼ ਬੁਲੰਦ ਕਰਦੇ ਪਏ ਸਨ। ਮੇਰੇ ਅਜ਼ੀਜ਼ੋ, ਅਫਸੋਸ ਦਾ ਮੁਕਾਮ ਇਹ ਵੀ ਕਿ ਕੋਈ ਵੀ ਜੁਰਮ ਕਿਸੇ ਤੇ ਸਾਬਤ ਹੋ ਜਾਵੇ ਉਸ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ। ਲੇਕਿਨ ਇੱਥੇ ਇੱਕ ਅਜੀਬ ਜਿਹਾ ਵਾਕਿਆ ਪੇਸ਼ ਆਇਆ। ਮੈਂ ਸਭ ਤੋਂ ਪਹਿਲਾਂ ਅਦਮ ਵੱਟੀ ਸਾਹਿਬ ਉਹਨਾਂ ਦੀ ਸਾਰੀ ਮੁਕਤਲਾ ਟੀਮ ਲਈ ਸ਼ੁਕਰਗੁਜ਼ਾਰ ਹਾਂ ਜਿਹੜੇ ਕਿ ਆਪਣੇ ਟਾਈਮ ਦੇ ਮੁਤਾਬਕ ਪਹੁੰਚ ਗਏ। ਲੇਕਿਨ ਉਹਨਾਂ ਨੂੰ ਇਹ ਜਦੋਂ ਖਬਰ ਮਿਲੀ ਕਿ ਅਦਾਲਤ ਚ ਪੇਸ਼ ਹੋਣ ਤੋਂ ਪਹਿਲਾਂ ਹੀ ਜਨਾਬ ਪਾਸਟਰ ਵਿੱਕੀ ਸਾਹਿਬ ਨੂੰ ਜੇਲ੍ਹ ਭੇਜ ਦਿੱਤਾ ਗਿਆ, ਹੱਥ ਮਾਰਦੇ ਰਹਿ ਗਏ। ਅੰਦਰ ਉਹਨਾਂ ਨੇ ਇਹਤਜਾਜ ਵੀ ਕੀਤਾ ਕਿ ਕਿਹੜੀ ਐਸੀ ਗੱਲ ਹੋਈ ਹੈ ਕਿ ਤੁਸੀਂ ਬਗੈਰ ਸਾਡੀ ਸਫਾਈ ਸੁਣਿਆ ਬਗੈਰ, ਜਿਹੜੀ ਕਿ ਅਸਾਂ ਪਾਸਟਰ ਵਿੱਕੀ ਦੇ ਬਾਰੇ ਚ ਬਿਆਨ ਕਰਨੀ ਸੀ, ਸਫਾਈ ਸੁਣਿਆ ਬਗੈਰ ਹੀ ਤੁਸੀਂ ਜੇਲ੍ਹ ਭੇਜ ਦਿੱਤਾ। ਇਹ ਅਫਸੋਸ ਹੈ, ਅਦਲੀਆ ਤੇ ਵੀ ਸਵਾਲੀਆ ਨਿਸ਼ਾਨ ਹੈ, ਸਵਾਲੀਆ ਨਿਸ਼ਾਨ ਹੈ। ਵੇ ਪਾਸਟਰ ਵਿੱਕੀ ਇੱਕ ਪਾਸਟਰ ਹੈ, ਉਹ ਪਾਕਿਸਤਾਨ ਦਾ ਕੋਈ ਵੱਡਾ ਦਹਿਸ਼ਤਗਰਦ ਨਹੀਂ ਹੈਗਾ, ਉਹਦੇ ਤੇ ਕੋਈ ਦਹਿਸ਼ਤਗਰਦੀ ਦੀ ਐਕਟ ਨਹੀਂ ਲੱਗੀ ਕਿ ਤੁਸੀਂ ਉਹਨੂੰ ਦਹਿਸ਼ਤਗਰਦਾਂ ਤੋਂ ਵੀ ਵੱਧ ਕਰਾਰ ਦੇ ਕੇ ਤੇ ਜੇਲ੍ਹ ਤੋੜ ਦਿੱਤਾ। ਇਹ ਅਫਸੋਸ ਦਾ ਮੁਕਾਮ ਹੈ, ਇਹ ਸਾਨੂੰ ਸਾਰੀ ਮਸੀਹ ਕੌਮ ਲਈ ਤੁਸੀਂ ਖੌਫ ਤੇ ਦਹਿਸ਼ਤ ਬਣਾ ਦਿੱਤੀ ਹੈ। ਅਸੀਂ ਕਿੰਝ ਅਦਾਲਤਾਂ ਵੱਲ ਵੀ ਮੂੰਹ ਕਰੀਏ, ਕਿੰਨੇ ਦਾ ਭਰੋਸਾ ਕਰੀਏ, ਸਾਨੂੰ ਤੇ ਆਪਣੇ ਤੋਂ ਭਰੋਸਾ ਵੀ ਸਾਡੇ ਤੋਂ ਤਿਲਕਦਾ ਜਾਂਦਾ ਪਿਆ। ਕਿਆ ਮੈਂ ਪਾਕਿਸਤਾਨ ਦੇ ਅੰਦਰ ਰਹਿ ਕੇ ਇਹ ਤੇ ਕਹਿ ਸਕਦਾ ਵਾ ਕਿ ਧਰਤੀ ਮੇਰੀ ਹੈ, ਪਰ ਮੈਂ ਕੀ ਆਖਾਂ ਕਿ ਪਾਕਿਸਤਾਨ ਮੇਰਾ, ਇਹ ਧਰਤੀ ਮੇਰੀ ਹੈ, ਧਰਤੀ ਮੇਰੀ, ਲੇਕਿਨ ਪਾਕਿਸਤਾਨ ਮੇਰਾ ਨਹੀਂ ਨਜ਼ਰ ਆਉਂਦਾ ਪਿਆ। ਸਾਡੇ ਨਾਲ ਹਰ ਤਰ੍ਹਾਂ ਦੇ ਨਾਲ ਮਤਰੀਆਂ ਮਾਵਾਂ ਵਾਲਾ ਸਲੂਕ ਹੁੰਦਾ ਪਿਆ। ਅਸੀਂ ਤੇ ਆਪਣੇ ਆਪ ਨੂੰ ਵੀ ਯਾਰੋ ਮਦਦਗਾਰ ਵੇਖਣ ਲੱਗ ਪਏ ਹਾਂ। ਜਨਾਬ ਆਲਾ, ਤਮਾਮ ਲੋਕਾਂ ਦੇ ਅੱਗੇ ਸਵਾਲ ਹੈ, ਕਿਆ ਪਾਸਟਰ ਵਿੱਕੀ ਕੋ ਦਹਿਸ਼ਤਗਰਦ ਹੈਗਾ? ਕਿਆ ਉਹਨੂੰ ਦਹਿਸ਼ਤਗਰਦੀ ਦੇ ਜ਼ਿਮਰੇ ਚ ਰੱਖਿਆ ਗਿਆ? ਉਹਦੇ ਬਾਈਬਲ ਮੁਕੱਦਸ ਨੂੰ ਫੜ ਫੜ ਕੇ ਬਾਰ ਬਾਰ ਕਹਿ ਰਹੇ ਨੇ, ਲੇਕਿਨ ਉਹਨਾਂ ਦੀ ਕਿਸੇ ਗੱਲ ਦਿੱਤੇ ਲੱਗਦਾ ਯਕੀਨ ਨਹੀਂ ਆਉਂਦਾ ਪਿਆ। ਮੇਰੇ ਅਜ਼ੀਜ਼ੋ, ਸਵਾਲੀਆ ਨਿਸ਼ਾਨ ਉਹਨਾਂ ਤੇ ਵੀ ਤੇ ਅੱਜ ਮਸੀਹ ਕੌਮ ਤੇ ਵੀ ਹੈ। ਅੱਜ ਸਾਨੂੰ ਆਪਣੀ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਪਵੇਗੀ। ਮੈਂ ਆਪਣੇ ਤਮਾਮ ਪਾਸਵਾਨਾਂ ਦੇ ਅੱਗੇ ਵੀ ਕਵਾਂਗਾ, ਉਹਨਾਂ ਤੇ ਵੀ ਸਵਾਲੀਆ ਨਿਸ਼ਾਨ ਹੈ ਕਿ ਕਿਆ ਉਹ ਆਪਣੀ ਆਵਾਜ਼ ਬੁਲੰਦ ਕਰਦੇ ਨੇ ਕਿ ਨਹੀਂ ਕਰਦੇ ਪਏ। ਸ਼ੱਕੋ ਸ਼ਬਾਹ ਚ ਨਾ ਪਵੋ, ਸ਼ੱਕ ਕਰਨ ਵਾਲੇ ਸਮੁੰਦਰ ਦੀਆਂ ਲਹਿਰਾਂ ਵਾਂਗਰ ਹੁੰਦੇ ਜੀ, ਜਿਹੜੀਆਂ ਉੱਛਦੀਆਂ ਤਾਂ ਬੜੀ ਉੱਚੀ ਨੇ ਲੇਕਿਨ ਆਉਂਦੀਆਂ ਪੈਰਾਂ ਚ ਨੇ। ਆਪਣੇ ਆਪ ਨੂੰ ਪਹਾੜ ਬਣਾ ਲਓ ਤਾਂ ਕਿ
ਤੁਹਾਡੇ ਅੰਦਰ ਕੂਵਤ ਨਜ਼ਰ ਆਵੇ। ਆਪਣੇ ਆਪ ਨੂੰ ਲਹਿਰਾਂ ਨਾ ਬਣਾਓ, ਛੱਲਾਂ ਨਾ ਬਣਾਓ ਜਿਹੜੀਆਂ ਪੈਰਾਂ 'ਚ ਡਿੱਗ ਪੈਂਦੀਆਂ ਨੇ। ਆਪਣੇ ਆਪ ਨੂੰ ਪਹਾੜ ਬਣਾਓ ਤਾਂ ਕਿ ਹਵਾਰਾ ਤੁਹਾਡੇ ਨਾਲ ਟਕਰਾ ਕੇ ਆਪਣਾ ਰੁੱਖ ਬਦਲ ਲੈਣ। ਮੇਰੇ ਅਜ਼ੀਜ਼ੋ, ਆਪਣੇ ਆਪ ਨੂੰ ਸਾਬਤ ਕਰਾਓ। ਮੈਂ ਅੱਜ ਖਾਸ ਤੌਰ 'ਤੇ ਅਕਮਲ ਵੱਡੀ ਸਾਹਿਬ, ਇਹ ਜਿਹੜੇ ਕਿ ਅਸਲਮ ਸਿੱਪਾ ਸਲਾਰ ਬਣੇ ਹੋਏ ਨੇ, ਜਨਾਬ ਅਸਲਮ ਪ੍ਰੇਮ ਸੋਤਰਾ ਸਾਹਿਬ ਔਰ ਇਹਨਾਂ ਦੀ ਸਾਰੀ ਟੀਮ ਜਿਹੜੇ ਇਸ ਟਾਈਮ ਕੰਮ ਕਰਦੇ ਪਏ ਨੇ ਪਾਸੇ ਵਿੱਕੀ ਲਈ, ਮੈਂ ਚਾਹਨਾ ਕਿ ਜ਼ਰੂਰ ਇਹਨਾਂ ਨੂੰ ਸੁਣਾਇਆ ਜਾਵੇ, ਇਹਨਾਂ ਦੀਆਂ ਗੱਲਾਂ 'ਤੇ ਗੌਰ ਕੀਤਾ ਜਾਵੇ। ਲੇਕਿਨ ਮੈਂ ਤੁਹਾਨੂੰ ਚੈਲੰਜ ਦੇਣਾ ਚਾਹੁੰਦਾ, ਮੈਂ ਤੁਹਾਨੂੰ ਸਭ ਨੂੰ ਚੈਲੰਜ ਦੇਣਾ ਚਾਹ ਰਿਹਾ ਕਿ ਆਪਣੇ ਆਪ ਨੂੰ ਸ਼ੱਕ ਦੀਆਂ ਲਹਿਰਾਂ ਅਤੇ ਛੱਲਾਂ ਨਾ ਬਣਾਓ, ਬਲਕਿ ਪਹਾੜਾਂ ਵਾਂਗਰ ਬਣ ਜਾਓ। ਸਮੁੰਦਰ ਦੀ ਲਹਿਰ ਭਾਵੇਂ 50 ਫੁੱਟ ਉੱਚੀ ਟੁੱਟ ਜਾਵੇ, ਪਹਾੜ ਨਾਲੋਂ ਤਾਕਤਵਰ ਨਹੀਂ ਹੋ ਸਕਦੀ। ਛੱਲ ਹਮੇਸ਼ਾ ਪੈਰਾਂ 'ਚ ਅਤੇ ਪਹਾੜ ਆਪਣੀ ਜਗ੍ਹਾ 'ਤੇ ਕਾਇਮ ਰਹਿੰਦੇ ਜੀ। ਅੱਜ ਜ਼ਰੂਰਤ ਪੈ ਗਈ ਹੈ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰੀਏ ਤਾਂ ਕਿ ਇੱਕ ਮਜ਼ਬੂਤ ਆਵਾਜ਼ ਬਣ ਕੇ ਪਾਸਲ ਵਿੱਕੀ ਲਈ ਆਜ਼ਾਦੀ ਦਾ ਸਬੱਬ ਬਣ ਜਾਈਏ। ਕਿਉਂਕਿ ਮੈਂ ਇਹਦੇ ਨਾਲ ਨਾਲ ਚੰਦ ਗੱਲਾਂ ਪਾਸਲ ਵਿੱਕੀ ਦੀ ਸਿਹਤ ਨਾਲ ਵੀ ਕਰਨਾ ਚਾਹੁੰਦਾ। ਪਾਸਲ ਵਿੱਕੀ ਦੀ ਸਿਹਤ ਕਿਆ ਅਦਲੀਆ ਨੇ ਇਹ ਸੋਚਿਆ? ਅਦਲੀਆ ਨੇ ਸੋਚਿਆ? ਮੈਂ ਫਿਰ ਬੋਲਾਂਗਾ, ਅਦਲੀਆ ਨੇ ਸੋਚਿਆ ਕਿ ਪਾਸਲ ਵਿੱਕੀ ਇਸ ਟਾਈਮ ਉਹ ਬਿਮਾਰੀ ਦੀ ਹਾਲਤ 'ਚ ਨੇ? ਕਿਆ ਉਹਨਾਂ ਨੂੰ ਜੇਲ੍ਹ ਦੇ ਹਸਪਤਾਲ 'ਚ ਰੱਖਿਆ ਜਾ ਰਿਹਾ, ਜਾਂ ਕਿ ਉਹਨਾਂ ਨੂੰ ਇੱਕ ਹਵਾਲਾਤ 'ਚ ਬੰਦ ਕਰ ਦਿੱਤਾ ਜਾ ਰਿਹਾ? ਬਿਨ ਖੌਫ ਖੌਫ ਖੌਫਦਾਰੀ ਹੋ ਰਿਹਾ ਉਹਨਾਂ ਦੀ ਸਿਹਤ ਨੂੰ ਲੈ ਕੇ। ਬਰਾਏ ਕਰਮ ਇਸ ਗੱਲ 'ਤੇ ਗੌਰ ਕੀਤਾ ਜਾਵੇ ਤਾਂ ਕਿ ਉਹ ਸਿਹਤਯਾਬ ਰਹਿਣ, ਤਾਂ ਕਿ ਮਸੀਹ ਕੌਮ ਤਸੱਲੀ ਪਜ਼ੀਰ ਹੋਵੇ। ਮੈਂ ਇਸੇ ਗੱਲ ਦੇ ਨਾਲ ਆਪਣੇ ਪ੍ਰੋਗਰਾਮ ਦਾ ਇਖਤਤਾਮ ਕਰਨਾ। ਪਾਕਿਸਤਾਨ ਜ਼ਿੰਦਾਬਾਦ।